ਇਹ ਖਿਡੌਣਾ 10 ਕਾਰਡ ਸ਼ੀਟ ਇਸ ਖਿਡੌਣੇ ਲਈ 10 ਕਾਰਡ ਸ਼ੀਟ ਦੀਆਂ ਪਤਲੀਆਂ ਫੱਟੀਆਂ ਚਾਹੀਦੀਆਂ ਹਨ ਅਤੇ ਇਸ ਨੂੰ 2 ਕਾਰਡ ਡਿਸਕ ਦੀਆਂ ਦੇ ਨਾਲ ਚਿਪਕਾ ਦਵੋ ਨੀਚੇ ਵਾਲੀ ਵਿੱਚ ਇੱਕ ਮੋਰੀ ਕਰੋ ਅਤੇ ਜਿਸ ਵਿੱਚ ਇੱਕ ਰੀਫਿਲ ਹੈ ਉੱਪਰ ਵਾਲੀ ਡਿਸਕ ਵਿੱਚ ਇੱਕ ਮੋਰੀ ਹੈ ਅਤੇ ਇਹ ਮਾਡਲ ਕਾਫੀ ਢਿੱਲਾ ਤੇ ਲਚੀਲਾ ਹੈ ਇਸ ਵਿੱਚ ਆਪਣੇ ਵਜ਼ਨ ਨਾਲ ਥੋੜਾ ਜਿਹਾ ਢਿੱਲਾ ਵੀ ਹੋ ਜਾਂਦਾ ਹੈ ਹੁਣ ਸਾਈਕਲ ਦੀ ਸਪੋਕ ਨੂੰ ਰੀਫਿਲ ਵਿੱਚੋਂ ਗੁਜ਼ਾਰੋ ਅਤੇ ਉੱਪਰ ਵਾਲੇ ਛੇਦ ਵਿੱਚੋਂ ਇੱਕ ਦਮ ਫਿਕਸ ਕਰ ਦਵੋ ਇਸ ਤਰ੍ਹਾਂ ਸਪੋਕ ਉੱਪਰ ਵਾਲੀ ਡਿਸਕ ਨਾਲ ਜੁੜ ਜਾਵੇਗਾ ਰੀਫਿਲ ਨੂੰ ਪਕੜ ਕੇ ਨੀਚੇ ਵਾਲੀ ਡਿਸਕ ਨੂੰ ਉੱਪਰ ਚੁੱਕੋ ਹੁਣ ਇਹ ਹੱਥ ਨਾਲ ਸਪੋਕ ਫੜ ਕੇ ਅਤੇ ਦੂਸਰੇ ਹੱਥ ਨਾਲ ਰੀਫਿਲ ਨੂੰ ਟਵਿਸਟ ਕਰੋ ਅਤੇ ਮਜ਼ੇਦਾਰ ਪੈਟਰਨ ਦੇਖੋ ਫੁੱਲ ਦੀ ਤਰ੍ਹਾਂ ਬਣੇ ਹੋਏ ਪੈਟਰਨ ਬਹੁਤ ਹੀ ਮਜ਼ੇਦਾਰ ਲੱਗਦੇ ਹਨ